ਕਰੋ ਕੁਛ ਲਹਾ ਮੈਂ ਕਹਿ ਭਾਈ ਸ਼ਾਹ ਮੇਰੀ ਮਰਜ਼ੀ ਹੈ ਜਿਵੇਂ ਮੇਰਾ ਦਿਲ ਕਰੇ ਮੈਂ ਤਸਵੀਰਾਂ ਬਣਾਉਣਾ ਪਰ ਮੈਂ ਸੋਹਣਾ ਬਣਾਵਾਂ ਕੁਝਾ ਬਣਾਵਾਂ ਲੰਗੜਾ ਬਣਾਵਾਂ ਦੁੱਲਾ ਬਣਾਵਾਂ ਲੇਕਿਨ ਉਸ ਮਾਂ ਤੇ ਕੀ ਆਫਤ ਹੁੰਦੀ ਸੀ ਉਹ ਬੱਚਾ ਚੁਕਾ ਕੇ ਪਹਾੜ ਦੇ ਉੱਤੇ ਚੜਾਇਆ ਜਾਂਦਾ ਔਰ ਮਾਂ ਨੂੰ ਧੱਕਾ ਮਾਰਿਆ ਜਾਂਦਾ ਪਹਾੜ ਤੋਂ ਮਾਂ ਵੀ ਮਰ ਜਾਂਦੀ ਰਿੜ ਰਿੜ ਕੇ ਬੱਚਾ ਵੀ ਮਰ ਜਾਂਦਾ ਦੋਸਤੋ ਰੱਬ ਕਿਉਂ ਨਾ ਕਹਿੰਦਾ ਕਿ ਮੈਂ ਤੁਹਾਡੇ ਤੇ ਇਹਸਾਨ ਕੀਤਾ ਹਿੰਦੁਸਤਾਨ ਚ ਆ ਜਾਓ ਹਿੰਦੁਸਤਾਨ ਦੇ ਲੋਕ ਕਹਿੰਦੇ ਨੇ ਵੀ ਪੈਰ ਦੀ ਜੁੱਤੀ ਔਰਤ ਪੂਰੀ ਆਵੇ ਤੇ ਪਾ ਲਓ ਨਾ ਆਵੇ ਤੇ ਨਾ ਪਾਓ ਦੋਸਤਾਂ ਨੇ ਅਸੀਂ ਵਕਾਰ ਮੈਂ ਤਾਂ ਇਹੋ ਹੀ ਔਰਤ ਹੈ ਜਿਹਦੇ ਵਿੱਚੋਂ ਪੈਗੰਬਰ ਜਨਮ ਲੈਂਦੇ ਨੇ ਇਹੋ ਹੀ ਔਰਤ ਹੈ ਜਿਹਦੇ ਵਿੱਚੋਂ ਗੌਸ ਤੇ ਕੁਤਬ ਜਨਮ ਲੈਂਦੇ ਨੇ ਦੋਸਤੋ ਇਹ ਸ਼ਾਨ ਦਿੱਤੀ ਤੇ ਆ ਕੇ ਆਮੀਨਾ ਦੇ ਲਾਲ ਨੇ ਦਿੱਤੀ ਹੈ ਦੋਸਤਾਂ ਨੇ ਅਸੀਂ ਵਕਾਰ ਅੱਜ ਵੀ ਕੋਈ ਬੰਦਾ ਫੌਤ ਹੋ ਜਾਏ ਉਹਦੀ ਬੀਵੀ ਨੂੰ ਨਾਲ ਚੜਾ ਦਿੱਤਾ ਜਾਂਦਾ ਹੈ ਦੋਸਤੋ ਅਜ਼ਮਤਾਂ ਦੀ ਚਾਦਰ ਦੇਣ ਆਇਆ ਤੇ ਮੇਰਾ ਮੁਹੰਮਦ ਅਰਬੀ ਆਏ ਕਰੀਮ ਆਕਾ ਆਏ ਮਿਲਾਦ ਵਾਲਾ ਨਾ ਆਉਂਦਾ ਨਾ ਮਾਂ ਨੂੰ ਅਜ਼ਮਤ ਮਿਲਦੀ ਨਾ ਬੀਵੀ ਨੂੰ ਇਕਰਾਮ ਮਿਲਦਾ ਨਾ ਬੇਟੀ ਨੂੰ ਤੋਕੀਰ ਮਿਲਦੀ ਸ਼ਫਕਤ ਮਿਲੀ ਮਿਲੇ ਨੇ ਆਮੀਨਾ ਦੇ ਲਾਲ ਦਾ ਸਤਕਾਰ ਅਰਬ ਦੇ ਅੰਦਰ ਚਲੇ ਜਾ ਇੱਕ ਬੰਦਾ ਜਿਸ ਦਾ ਨਾਮ ਤਾਇਆ ਕਰਦੀ ਅਰਬ ਦਾ ਸਰਦਾਰ ਤੇ ਬੜਾ ਸੋਹਣਾ ਔਰਤਾਂ ਵੀ ਉਹਦੇ ਹੁਸਨ ਤੇ ਨਾਜ਼ ਕਰਦੀਆਂ ਤੇ ਉਹਦੇ ਹੁਸਨ ਤੇ ਤਸਕਰੇ ਕਰਦੀਆਂ ਤੇ ਜਬਰੀਲ ਵੀ ਜਦੋਂ ਲਿਬਾਸੇ ਬਸ਼ਰੀਅਤ ਤੇ ਚਾਉਣਾ ਹੁੰਦਾ ਤੇ ਦਾਇਆ ਕਲਬੀ ਦੀ ਸੂਰਤ ਤੇ ਸੁਭਾਨ ਅੱਲਾਹ ਸੁਭਾਨ ਅੱਲਾਹ ਮੈਂ ਇੱਥੇ ਗੱਲ ਕਰਾਂ ਲੋਕ ਕਹਿੰਦੇ ਨੇ ਹਜ਼ੂਰ ਬਸ਼ਰ ਨੇ ਅਬਦੁੱਲਾ ਔਰ ਆਮੀਨਾ ਬਸ਼ਰ ਨੇ ਉਹਨਾਂ ਵਿੱਚ ਨੂਰੇ ਮੁਸਤਫਾ ਕਿਵੇਂ ਆਉਂਦੇ ਹੋ ਮੈਂ ਹਦੀਸ ਦੀਆਂ ਕਿਤਾਬਾਂ ਭਰੀਆਂ ਪਈਆਂ ਨੇ ਜਬਰੀਲ ਲਿਬਾਸੇ ਬਸ਼ਰੀਅਤ ਤੇ ਚਾਉਂਦਾ ਤੇ ਸਰਕਾਰ ਦੇ ਗੋਡਿਆਂ ਦੇ ਨਾਲ ਗੋਡੇ ਜੋੜ ਕੇ ਬਹਿ ਜਾਂਦਾ ਤੇ ਗੱਲਾਂ ਕਰਦਾ ਮੈਂ ਕਿਹਾ ਜਬਰੀਲ ਲਿਬਾਸੇ ਬਸ਼ਰੀਅਤ ਤੇ ਚਾਵੇ ਜਬਰੀਲ ਦੀ ਨੂਰਾਨੀਅਤ ਵਿੱਚ ਫਰਕ ਨਹੀਂ ਪੈਂਦਾ ਮੁਸਤਫਾ ਦੇ ਵਾਸਤੇ ਬਸ਼ਰੀਅਤ ਤੇ ਆ ਜਾਏ ਤੇ ਆਮੀਨਾ ਦੇ ਲਾਲ ਦੀ ਬਸ਼ਰੀਅਤ ਵਿੱਚ ਫਰਕ ਕੀ ਪੈਂਦਾ ਹੈ ਮੇਰੇ ਨਬੀ ਉਸ ਤਰ੍ਹਾਂ ਵੀ ਨੂਰ ਅਗਰ ਜਾ ਮੈਂ ਬਸ਼ਰੀਅਤ ਪਲਾਇਆ ਤੇ ਇਸ ਵਾਸਤੇ ਕਿ ਰੱਬ ਨੇ ਇਨਸਾਨਾਂ ਨੂੰ ਅਫਜ਼ਲੁਲ ਕਾਇਨਾਤ ਕਹਿਣਾ ਸੀ ਰੱਬੇ ਦੇ ਜਲਾਲ ਦੇ ਇਨਸਾਨ ਨੂੰ ਅਬ ਤਮਾਮ ਕਾਇਨਾਤ ਦੀ ਸਰਦਾਰੀ ਜਿਹੜੀ ਸੀ ਸਰਦਾਰੀ ਦਿੱਤੀ ਇਸ ਵਾਸਤੇ ਕਿ ਆਮੀਨਾ ਦੇ ਲਾਲ ਨੂੰ ਲਿਬਾਸੇ ਬਸ਼ਰੀਅਤ ਸੁਭਾਨ ਅੱਲਾਹ ਸੁਭਾਨ ਅੱਲਾਹ ਬੇਸ਼ਮਾਨ ਰੱਬੇ ਦੋਸਤਾਂ ਜਬਰੀਲ ਅਮੀਨ ਲਿਬਾਸੇ ਬਸ਼ਰੀਅਤ ਤੇ ਜਾਂਦਾ ਤਾਂ ਦਾਇਆ ਕਲਬੀ ਦੀ ਸੂਰਤ ਤੇ ਜਾਂਦਾ ਮੇਰੇ ਕਰੀਮ ਆਕਾ ਅਲੈਹਿਸ ਸਲਾਮ ਇੱਕ ਦਿਨ ਗਲੀ ਚੋਂ ਗੁਜ਼ਰਦੇ ਨੇ ਤੇ ਦਾਇਆ ਕਲਬੀ ਤੇ ਨਜ਼ਰ ਪਈ ਜਿਹਦੇ ਤੇ ਮੁਸਤਫਾ ਦੀ ਨਜ਼ਰ ਪਵੇ ਉਹਦਾ ਮੁਕੱਦਰ ਕੀ ਸੁਭਾਨ ਅੱਲਾਹ ਮੇਰੇ ਕਰੀਮ ਆਕਾ ਰੱਬ ਦੀ ਬਾਰਗਾ ਜਦ ਕੀਤੀ ਮੋਰਾ ਇੱਡਾ ਸੋਹਣਾ ਇਹ ਜਹਨਮ ਵਿੱਚ ਜਾਏਗਾ ਮੋਲਾ ਦੀ ਕਿਸਮਤ ਬਦਲ ਲੋਕ ਕਹਿੰਦੇ ਨੇ ਨਬੀ ਕੇ ਚਾਹਨੇ ਸੇ ਕੁਛ ਨਹੀਂ ਹੁੰਦਾ ਮੈਂ ਕਹਿੰਦਾ ਰੱਬ ਕਹਿੰਦਾ ਵਾਲਾ ਸੌ ਫਯੋਤੀ ਕਰ ਮੋਲਾ ਨਬੀ ਸਾਰੇ ਮੇਰੀ ਰਜ਼ਾ ਚਾਹੁੰਦੇ ਨੇ ਮੈਂ ਤੇ ਤੇਰੀ ਰਜ਼ਾ ਚਾਹਨਾ ਇਸ਼ਾਰਾ ਤੂੰ ਕਰੀ ਜਿਵੇਂ ਕਰੇਗਾ ਉਹ ਜੇ ਮੈਂ ਕਰਦਾ ਸੁਭਾਨ ਅੱਲਾਹ ਸੁਭਾਨ ਅੱਲਾਹ ਸਰਕਾਰ ਨੇ ਸਵੇਰ ਦੀ ਨਮਾਜ਼ ਪੜਾਈ ਤੇ ਜਿਬਰੀਲ ਆ ਗਏ ਯਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਉਹ ਦਾਇਆ ਕਲਬੀਆ ਜਾ ਰਿਹਾ ਉਹਨੂੰ ਦੌਲਤ ਤੇ ਇਮਾਨ ਦੇ ਸੁਭਾਨ ਅੱਲਾਹ ਸੁਭਾਨ ਅੱਲਾਹ ਸਰਕਾਰ ਨਮਾਜ਼ ਪੜਾ ਕੇ ਸਾਰੇ ਵੇ ਦਾਇਆ ਕਲਬੀ ਆ ਗਿਆ ਦੇਖਿਆ ਦਰਵਾਜ਼ੇ ਦੇ ਉੱਤੇ ਅੱਗੇ ਖਲੋਤਾ ਸਰਕਾਰ ਉੱਠ ਕੇ ਖਲੋਤਾ ਸਰਕਾਰ ਬਾਹਰ ਜਾ ਕੇ ਉਹਦਾ ਇਸਤਕਬਾਲ ਕਰਦੇ ਉਹਦਾ ਹੱਥ ਫੜ ਕੇ ਲਿਆ ਕੇ ਮਸੱਲੇ ਦੇ ਕਰੀਬ ਬਿਠਾਉਂਦੇ ਮਜ਼ੰਮਲ ਵਾਲੀ ਚਾਦਰ ਜ਼ਮੀਨ ਤੇ ਬਿਠਾਉਂਦੇ ਕਹਿੰਦੇ ਦਾਇਆ ਕਲਬੀ ਇਹਦੇ ਤੇ ਬਹਿ ਜਾ ਦਾਇਆ ਕਲਬੀ ਦੀ ਅੱਖਾਂ ਚ ਆਸੂ ਆ ਗਏ ਮੈਨੂੰ ਕੋਈ ਸਮਝਦਾ ਕੁਝ ਨਹੀਂ ਅੱਜ ਮੇਰਾ ਇੰਨਾ ਇਹਤਰਾਮ ਕਿ ਇਮਾਮ ਉਲੰਬੀਆ ਮੇਰਾ ਇਹਤਰਾਮ ਪਿਆ ਕਰਦਾ ਹੈ ਆਪਣੀ ਚਾਦਰ ਆ ਕੇ ਜ਼ਮੀਨ ਤੇ ਪਿਆ ਬਿਛਾਉਂਦਾ ਹੈ ਦੋਸਤਾਂ ਨੇ ਵੀ ਵਕਾਰ ਦਾਇਆ ਕਲਬੀ ਨੇ ਚਾਦਰ ਚੁੱਕ ਲਈ ਅਰਜ਼ ਕੀਤੀ ਸੋਹਣਿਆ ਮੈਂ ਕੌਣ ਅਜੇ ਇਸ ਚਾਦਰ ਤੇ ਪੈਰ ਰੱਖਾਂ ਸੋਹਣਿਆ ਇਹ ਚਾਦਰ ਮੇਰੇ ਕਫਨ ਦਾ ਟੁਕੜਾ ਬਣੇ ਇਹ ਚਾਦਰ ਮੇਰੇ ਸਿਰ ਦਾ ਤਾਜ ਬਣੇ ਮੇਰੇ ਕਰੀਮ ਆਕਾ ਨੇ ਫਰਮਾਇਆ ਦਾਇਆ ਕਲਬੀ ਅਜੇ ਵਕਤ ਨਹੀਂ ਆਇਆ ਤੂੰ ਕਲਮਾ ਪੜ੍ਹ ਕੇ ਮੁਸਲਮਾਨ ਹੋ ਜਾਏ ਅਰਜ਼ ਕੀਤੀ ਸੋਹਣਿਆ ਮੈਂ ਆਇਆ ਹੀ ਇਸ ਵਾਸਤੇ ਆ ਆਪਨੇ ਫਰਮਾਇਆ ਪੜ੍ਹ ਲਾ ਇਲਾਹਾ ਇਲਾਹ ਮੁਹੰਮਦ ਰਸੂਲullah ਮੇਰੇ ਦਾਇਆ ਕਲਬੀ ਰੋਣ ਲੱਗ ਪਿਆ ਹਿਚਕੀ ਬੰਦ ਗਈ ਜ਼ਾਰੋ ਕਤਾਰ ਹੁੰਦਾ ਚੀਜ਼ਾਂ ਮਸਕਤ ਬੁਲੰਦ ਹੋ ਗਈਆਂ ਮੇਰੇ ਕਰੀਮ ਆਕਾ ਨੇ ਫਰਮਾਇਆ ਦਾਇਆ ਸੌਦਾ ਮਹਿੰਗਾ ਲੱਗ ਗਈ ਹਰ ਕਿਤੇ ਸੋਹਣਿਆ ਸੌਦਾ ਤੇ ਮਹਿੰਗਾ ਨਹੀਂ ਲੱਗਾ ਤੂੰ ਸਾਰੇ ਗੁਨਾਹ ਤੇ ਬਖਸ਼ਵਾ ਛੱਡੇ ਨੇ ਪਰ ਮੇਰਾ ਇੱਕ ਗੁਨਾਹ ਐਡਾ ਵੱਡਾ ਹੈ ਪਤਾ ਨਹੀਂ ਮੇਰਾ ਰੱਬ ਮੈਨੂੰ ਮਾਫ ਕਰੇ ਜਾਂ ਨਾ ਕਰੇ ਆਪਨੇ ਫਰਮਾਇਆ ਉਹ ਕਿਹੜਾ ਗੁਨਾਹ ਹੈ ਹਰ ਕਿਤੇ ਸੋਹਣਿਆ ਮੈਂ ਕਬੀਲੇ ਦਾ ਸਰਦਾਰ ਸਾਂ ਮੈਂ 70 ਬੱਚੀਆਂ ਦਾ ਕਾਤਲ ਹਾਂ ਆਪਣੀ ਬੱਚੀ ਵੀ ਮੈਂ ਜ਼ਿੰਦਾ ਦਰਗੋਹ ਕੀਤੀ
بلا لے اخیرے فرمایا دایا قلبی چپ کر جا میرے نبی نے دل بھر لے میرے نبی نے چہرے بھر لے اس نے بات کہی حضور آپ نے فرمایا نو بیان کرن دے اینے جی جبریل آ گیا جبریل نے آ کے عرض کیتی سونے اینو آ کے رب نے پیارے نہیں گناہ معاف کر دیا پڑھ کے فرضاں تو پہلا
سجدے تے سر رکھ کے دعا منگی تے پھر فرض جماعت نال پڑھی اگلے سال اون تو پہلا رب تینوں آمینہ دے لال دا صدقہ سبحان اللہ سبحان اللہ رب تینوں پتر عطا کر چھڑے گا دوستاں نے دیوکار اس بندے نے جا کے کہندا ترے دعاواں کرائی انہیں آخیا دس کہڑی دعا انہیں آخیا ایک دا تعلق تیرے نال ایک دا تعلق میرے نال اور ایک دا تعلق ساڈے دوواں نال میں دعا کرو اللہ منو آزادی دے انہیں آخیا جا تیری دعا قبول ہوگی آخیا کیویں میں جا میں تینوں آزاد کرنا دوستانے دیو کر انہیں آخیا میرے نال کی تعلق ہے انہیں آخیا تیرے نال تعلق میں دعا کرائی اللہ تینوں دولت ایمان دے رب وہ مقام دے گا جڑا کسے جگہ پہ نہیں ملتا جڑا تینوں عبادت اور ریاضت
نہ بھی نہیں ملے گا. حضرت سلطان باہو رحمت اللہ تعالیٰ علیہ آپ جنگ کی سرزمین تے ہل پہ چلا دین تے ہندوؤں کی جان جا گئی راہ بھول گئی. انہوں نے کہا بابا جی اے دسو رسول نگر دا راہ کیڑا ہے؟ Yeah.
تمام دوست صفا صدیہ کرو اذان دی سنتا پڑھ کے جماعت میں نماز